ਹੁਣ ਪੰਜ ਪਿਆਰਿਆਂ ਦੇ ਸੰਬੰਧੀ ਹੋਰ ਵੀ ਜਾਣਕਾਰੀ ਸਾਹਮਣੇ ਆਵੇਗੀ, ਕਿਉਂਕਿ ਅੱਜ ਵਿਸਾਖੀ ਵਾਲੇ ਦਿਨ ਸਿੱਖ ਇਤਿਹਾਸ ਦੇ 315 ਸਾਲ ਬਾਅਦ ਲੁਧਿਆਣਾ 'ਚ ਕੀਰਤਨ ਰਾਗੀ ਭਾਈ ਬੇਅੰਤ ਸਿੰਘ ਕਲੇਰਾਂ ਨੇ ਪੰਜ ਪਿਆਰਿਆਂ 'ਤੇ ਪੂਰੀ ਰਿਸਰਚ ਕੀਤੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਪੰਜ ਪਿਆਰਿਆਂ ਬਾਰੇ ਇਤਿਹਾਸ 'ਚ ਬਹੁਤ ਘੱਟ ਜਾਣਕਾਰੀ ਹੈ। ਉਹਨਾਂ ਮੁਤਾਬਕ ਸੰਨ 2000 ਤੋਂ 2010 ਤੱਕ ਗਹਿਰੀ ਖੋਜਬੀਨ ਕਰਕੇ ਪੰਜ ਪਿਆਰਿਆਂ 'ਤੇ ਰਿਸਰਚ ਕਰਕੇ ਪੰਜ ਕਿਤਾਬਾਂ ਲਿਖੀਆਂ ਗਈਆਂ ਜਿਨ੍ਹਾਂ 'ਚ ਉਹਨਾਂ ਦਾ ਪੂਰਾ ਇਤਿਹਾਸ ਅਤੇ ਵੰਸ਼ ਬਾਰੇ ਜਾਣਕਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਭਾਈ ਬੇਅੰਤ ਸਿੰਘ ਸਿੱਖ ਇਤਿਹਾਸ 'ਤੇ ਹੋਰ ਖੋਜਬੀਨ ਕਰਨਗੇ। ਇਹ ਜੋ ਰਿਸਰਚ ਕੀਤੀ ਗਈ ਹੈ ਪੰਜਾਂ ਪਿਆਰਿਆਂ ਦੇ ਉੱਪਰ ਪੂਰੀ ਦੀ ਪੂਰੀ ਜਾਣਕਾਰੀ, ਉਹਨਾਂ ਦੇ ਵਿਆਹ ਹੋਏ ਆ, ਉਹਨਾਂ ਦੇ ਬੱਚੇ ਹੋਏ ਆ, ਉਹਨਾਂ ਦੇ ਬੱਚਿਆਂ ਨੇ ਵੀ ਸ਼ਹੀਦੀਆਂ ਦਿੱਤੀਆਂ, ਉਹਨਾਂ ਦੇ ਘਰ ਵਾਲੀਆਂ ਨੇ ਵੀ ਸ਼ਹੀਦੀਆਂ ਦਿੱਤੀਆਂ, ਉਹਨਾਂ ਦੇ ਮਾਤਾ ਪਿਤਾ ਦਾਦੇ ਪੜਦਾਦੇ ਹੁਣ ਤੱਕ ਜਿੱਥੋਂ ਤੀਕਰ ਉਹਨਾਂ ਦੀ 21-21 ਕੁਲਾਂ ਨੂੰ ਪੂਰੇ ਦਾ ਪੂਰਾ ਸੰਨ ਤਰੀਕਾਂ ਡੇਟਾਂ ਦੇ ਨਾਲ ਇਹ ਪੂਰੀ ਰਿਸਰਚ ਨੂੰ ਕੀਤਾ ਗਿਆ ਹੈ ਔਰ ਪੰਜ ਕਿਤਾਬਾਂ ਦੇ ਰੂਪ ਵਿੱਚ ਇਹ ਰਿਸਰਚ ਸਾਰਾ ਇੱਕ ਰੂਪ ਦਿੱਤਾ ਵਾ। ਇੱਕ ਇੱਕ ਪਿਆਰੇ ਨੂੰ ਇੱਕ ਇੱਕ ਕਿਤਾਬ ਦਿੱਤੀ ਹੈ। ਪੰਜਾਂ ਪਿਆਰਿਆਂ ਦੀ ਜਿਹੜੀ ਰਿਸਰਚ ਚੱਲਦੀ ਸੀ, ਜਿਵੇਂ ਜਿਵੇਂ ਕਿਤਾਬਾਂ ਪਹਿਲੋਂ ਬਣਦੀਆਂ ਸਨ, ਉਹ ਕਿਤਾਬਾਂ ਮੈਂ ਸਰਦਾਰ ਅਵਤਾਰ ਸਿੰਘ ਜੀ ਹੁਣਾਂ ਨੂੰ, ਜਥੇਦਾਰ ਜੋ ਸਾਡੇ ਸ਼੍ਰੋਮਣੀ ਕਮੇਟੀ ਦੀ ਧਿਰ ਹੈ, ਉਹਨਾਂ ਨੂੰ ਮੈਂ ਇੱਕ ਇੱਕ ਕਿਤਾਬ ਕਰਕੇ ਦਿੰਦਾ ਸੀ। ਅਖੀਰ ਦੇ ਵਿੱਚ ਜਾ ਕੇ ਪੰਜੇ ਦੀਆਂ ਪੰਜੇ ਕਿਤਾਬਾਂ ਮੈਂ ਉਹਨਾਂ ਨੂੰ ਦਿੱਤੀਆਂ। ਉਹ ਕਿਤਾਬਾਂ ਸਰਦਾਰ ਹਰਿੰਦਰ ਸਿੰਘ ਜੀ ਪਾਸ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਪਹੁੰਚੀਆਂ। ਉਹਨਾਂ ਨੇ 3-3.5 ਮਹੀਨੇ ਵੀ ਦੀ ਕਿਤਾਬਾਂ ਨੂੰ ਪੂਰਾ ਪੜ੍ਹਿਆ। ਪੜ੍ਹਨ ਤੋਂ ਬਾਅਦ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਮੈਨੂੰ 50,000 ਰੁਪਏ ਦਾ ਇੱਕ ਚੈੱਕ ਦਿੱਤਾ ਗਿਆ, ਨਾਲ ਇੱਕ ਸਰਟੀਫਿਕੇਟ ਵੀ ਹੋਇਆ ਸੀ ਤਿਆਰ, ਲੇਕਿਨ ਉਹ ਸਰਟੀਫਿਕੇਟ ਮੈਂ ਜਾ ਕੇ ਲਿਆ ਨਾ ਸਕਿਆ।